ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮਹਿੰਗਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭੁੰਨਰ ਹੇੜੀ ਵਿਖੇ ਰੋਸ ਮੁਜ਼ਾਹਰਾ ਕੀਤਾ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਲੀਡਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਮਾਰਚ ਕੱਢਿਆ। ਇਸ ਮੌਕੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਬੀਬੀ ਕੁਲਦੀਪ ਕੌਰ ਟੌੜਾ ਅਤੇ ਸੀਨੀਅਰ ਆਗੂ ਇੰਦਰਜੀਤ ਸਿੰਘ ਸੰਧੂ ਨੇ ਇਕੱਤਰ ਹੋਏ ਲੋਕਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ, ਬਿਜਲੀ, DAP, ਖਾਦ ਅਤੇ ਰਸੋਈ ਗੈਸ ਦੇ ਵੱਧਦੇ ਬੇਤਹਾਸ਼ਾ ਰੇਟਾਂ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜਿਹੜਾ DAP ਖਾਦਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਜੋ ਦਿਨੋ ਦਿਨ ਵਾਧਾ ਹੋ ਰਿਹਾ ਹੈ ਔਰ ਹੁਣ ਵੀ ਤਾਜ਼ਾ ਜਿਹੜਾ ਵਾਧਾ ਹੋਇਆ DAP ਖਾਦਾਂ ਦੇ ਵਿੱਚ, ਉਹਨਾਂ ਨੂੰ ਲੈ ਕੇ ਅੱਜ ਜਿਹੜਾ ਆਮ ਆਦਮੀ ਪਾਰਟੀ ਹਲਕਾ ਸਨੌਰ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਭੁੰਨਰੇੜੀ ਵਿਖੇ। ਔਰ ਤੁਸੀਂ ਇਹ ਵੇਖਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਇੰਟਰਨੈਟ ਦੀਆਂ ਜਿਹੜੀਆਂ ਇਹ ਸਾਰੀਆਂ ਕੀਮਤਾਂ ਨੇ, ਜਿਹੜੀਆਂ ਪ੍ਰਾਈਜ਼ ਅਤੇ ਖਾਸ ਕਰਕੇ ਜਿਹੜਾ ਪਟਿਆਲਾ ਦੇ ਅੰਦਰ ਨੇ ਉਹ ਤੁਹਾਨੂੰ ਮੈਂ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ 7 ਅਕਤੂਬਰ ਨੂੰ 73.33 ਰੁਪਏ ਸੀ ਡੀਜ਼ਲ ਪਟਿਆਲਾ ਦੇ ਅੰਦਰ, 8 ਅਕਤੂਬਰ ਨੂੰ 73.81 ਹੋ ਗਿਆ, ਫਿਰ ਵੱਧ ਰਿਹਾ ਜੀ। 9 ਅਕਤੂਬਰ ਨੂੰ 74.05 ਹੋ ਰਿਹਾ, 10 ਨੂੰ 74.42 ਹੋ ਰਿਹਾ ਜੀ, 11 ਨੂੰ ਵੀ 74.42 ਹੈ। ਔਰ ਇਸੇ ਤਰੀਕੇ ਨਾਲ ਤੁਸੀਂ ਵੇਖਿਆ ਹੈ ਕਿ ਪੈਟਰੋਲ ਦੇ ਕੀਮਤਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਰਹੇ ਹੋ ਕਿ 7 ਅਕਤੂਬਰ ਨੂੰ 87.18 ਸੀ, 8 ਨੂੰ 87.62, 9 ਨੂੰ 87.81, 10 ਨੂੰ 87.97। ਇਟ ਮੀਨਸ ਰੋਜ਼ ਰਾਤ ਨੂੰ ਜਿਵੇਂ ਇੱਕ ਵਿਆਜ ਹੁੰਦੀ ਹੈ ਉਸੇ ਤਰੀਕੇ ਨਾਲ ਆ ਜਿਹੜੀਆਂ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਰੋਜ਼ ਰਾਤ ਨੂੰ ਵੱਧ ਜਾਂਦੀਆਂ ਨੇ ਔਰ ਆਮ ਆਦਮੀ ਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਸ ਤਰੀਕੇ ਨਾਲ ਉਹਦੇ ਨਾਲ ਧੱਕਾ ਹੋ ਰਿਹਾ ਹੈ। ਔਰ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਪਰੇਸ਼ਾਨੀ ਦੇ ਦੌਰ 'ਚ ਗੁਜ਼ਰ ਰਹੇ ਨੇ। ਤੁਸੀਂ ਗੈਸ ਦੀਆਂ ਕੀਮਤਾਂ ਵੇਖੀਆਂ, ਪਿਛਲੇ ਦਿਨਾਂ ਵਿੱਚ 920 ਰੁਪਏ ਸਿਲੰਡਰ ਜਿਹੜਾ ਹੈ ਉਹ ਹੋ ਗਿਆ ਹੈ ਔਰ ਉਹਦੇ ਨਾਲ ਜਿਹੜਾ ਘਰ ਦਾ ਖਰਚਾ ਚਲਾਉਣਾ ਵੀ ਉਹ ਜਿਹੜਾ ਔਖਾ ਹੋ ਗਿਆ ਹੈ। ਔਰ DAP ਖਾਦਾਂ ਦੀ ਮੈਂ ਗੱਲ ਕਰਨ ਲੱਗਿਆਂ, 50 ਰੁਪਏ ਦਾ ਜਿਹੜਾ ਬੈਗ ਹੈ ਉਹ ਪਹਿਲਾਂ 1250 ਰੁਪਏ ਸੀ ਔਰ ਹੁਣ 1390 ਰੁਪਏ ਦਾ ਹੋ ਗਿਆ ਹੈ ਔਰ ਇਹਦਾ ਫਰਕ ਹੈ ਜਿਹੜਾ 140 ਰੁਪਏ ਪਹਿਲਾਂ ਹੈ। 50 ਰੁਪਏ ਦੇ ਕੱਟੇ 'ਤੇ 140 ਰੁਪਏ ਜਿਹੜਾ ਹੈ ਉਹ ਵਾਧਾ ਕਰ ਦਿੱਤਾ ਗਿਆ ਹੈ। ਮਤਲਬ ਮਹਿੰਗਾਈ ਦੀ ਮਾਰ ਆਮ ਆਦਮੀ ਨੂੰ ਪੈ ਰਹੀ ਹੈ, ਆਮ ਘਰਾਂ ਦੇ ਵਿੱਚ ਪੈ ਰਹੀ ਹੈ, ਕਿਸਾਨਾਂ ਨੂੰ ਪੈ ਰਹੀ ਹੈ, ਮਜ਼ਦੂਰਾਂ ਨੂੰ ਪੈ ਰਹੀ ਹੈ। ਸੋ ਆਮ ਆਦਮੀ ਪਾਰਟੀ ਜਿਹੜੀ ਉਹ ਮੰਗ ਕਰਦੀ ਹੈ ਕਿ ਇਹ ਜਿਹੜੀਆਂ ਕੀਮਤਾਂ ਨੇ ਜਿਹੜੀਆਂ ਘਟਾਈਆਂ ਜਾਣ। ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ, ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ, ਜਿਹੜਾ ਰੋਜ਼ ਪੈਟਰੋਲ ਡੀਜ਼ਲ 'ਚ ਵਾਧਾ ਹੋਊਗਾ, ਮੈਂ ਕਹਿੰਦੀ ਉਹ ਉਹਦਾ ਮਜ਼ਾਕ ਹੈ। ਦੇਖੋ ਵਾਧਾ ਹੁੰਦਾ ਕੋਈ ਹਫ਼ਤੇ ਬਾਅਦ, ਕੋਈ 10 ਦਿਨ ਬਾਅਦ, ਕੋਈ ਮਹੀਨੇ ਬਾਅਦ, ਰੋਜ਼ ਵੱਧ ਰਿਹਾ। ਇਹ ਹੁਣ ਦਿਖਾਇਆ ਤੁਹਾਨੂੰ ਵੀ ਰੋਜ਼ ਦੇ ਵਾਧੇ ਦੇ ਨਾਲ ਜਿਹੜੀ ਇਹ ਗੱਲ ਕਰਦੇ ਨੇ, ਸਿਲੰਡਰ ਦੇਖੋ ਕਿੰਨਾ ਮਹਿੰਗਾ ਹੋਇਆ, ਅੱਜ ਇਹ ਪਰਾਲੀ 'ਤੇ ਰੌਲਾ ਪਾ ਰਹੇ ਨੇ ਵੀ ਪਰਾਲੀ ਦਾ ਧੂੰਆਂ ਲੋਕਾਂ ਨੂੰ ਨੁਕਸਾਨ ਕਰੂਗਾ। ਫਿਰ ਜਿਹੜੇ ਜਿਸ ਹਿਸਾਬ ਨਾਲ ਸਿਲੰਡਰ ਵੱਧ ਰਿਹਾ, ਪੈਟਰੋਲ ਵੱਧ ਰਿਹਾ, ਡੀਜ਼ਲ ਵੱਧ ਰਿਹਾ, ਥੋੜ੍ਹਾ ਕੀ ਖਿਆਲ ਲੋਕ ਦੁਬਾਰਾ ਚੁੱਲ੍ਹੇ ਨਹੀਂ ਜਾਣਗੇ, ਉਹ ਧੂੰਏ ਦਾ ਫਿਰ ਕਿਉਂ ਇਲਾਜ ਕਰੂਗਾ। ਇਹ ਇਲਾਜ, ਇਹ ਜਿਹੜੀ ਮਹਿੰਗਾਈ ਹੈ, ਇਹ ਸਾਡਾ ਪੋਲਿਊਸ਼ਨ ਇੱਕ ਚੀਜ਼ ਦਾ, ਪਰਾਲੀ ਦਾ ਪੋਲਿਊਸ਼ਨ ਨਹੀਂ, ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਸਾਡਾ ਸਮਾਜ, ਸਾਡੇ ਘਰ ਪਰਿਵਾਰ ਇਹ ਪੋਲਿਊਸ਼ਨ ਆਪ ਹੀ ਕਰ ਰਹੇ ਨੇ। ਉਹਨਾਂ ਨੂੰ ਵੀ ਇਹਦਾ ਹੱਲ ਕਰਨਾ ਪੈਣਾ। ਜਿਹੜੀ ਮਹਿੰਗਾਈ ਹੈ, ਹੁਣ ਕਿਸਾਨ ਹੈ, ਕੋਈ 5 ਕਿੱਲੇ ਵਾਲਾ, ਕੋਈ 2 ਕਿੱਲੇ ਵਾਲਾ ਠੇਕੇ 'ਤੇ ਵਾਲਾ ਲੈ ਕੇ ਕਰ ਰਿਹਾ, ਤੁਸੀਂ ਹੁਣ ਦੇਖੋ ਫਸਲ ਦਾ ਕੀ ਹਾਲ ਹੋਇਆ। ਜਿਹੜਾ ਮੁਆਵਜ਼ਾ ਹੈ
ਪਿਛਲੇ ਦੋ ਟਰਮਾਂ ਦਾ ਵੀ ਮੁਆਵਜ਼ਾ ਨਹੀਂ ਮਿਲਿਆ ਸਾਡੇ ਕਿਸਾਨਾਂ ਨੂੰ, ਆਹ ਤੀਜਾ ਮੁਆਵਜ਼ਾ ਹੋਰ ਹੋ ਗਿਆ। ਉਹ ਵਿਚਾਰੇ ਕਿੱਥੋਂ ਭਰਨਗੇ ਜੀ? 140 ਰੁਪਏ ਸੈੱਲ ਵੱਧ ਗਿਆ, ਗੱਠਾ 140 ਰੁਪਏ, ਫਸਲ ਦਾ ਰੇਟ ਕੀ ਹੈ? ਜੇ ਅਸੀਂ ਖੁਦਕੁਸ਼ੀਆਂ ਨਹੀਂ ਕਰਨਗੇ ਕਿਸਾਨ ਕੀ ਕਰਨਗੇ? ਕੋਈ ਪਿਛਲੀ ਸਰਕਾਰ 'ਚ ਵੀ ਖੁਸ਼ੀਆਂ ਉਸੇ ਹਿਸਾਬ ਨਾਲ ਹੋਈਆਂ, ਉਸੇ ਤਰ੍ਹਾਂ ਹੀ ਹੋ ਰਹੀਆਂ, ਨਾ ਉਦੋਂ ਕਮੀ ਹੋਈ ਜਿੱਕ ਦੂਜਿਆਂ ਮੁਸ਼ਲਵਾਰੀ ਲਾਈ ਜਾਂਦੇ ਨੇ, ਕਰ ਤਾਂ ਕੋਈ ਕੁਛ ਨਹੀਂ ਰਿਹਾ। ਪਰ ਕੇਂਦਰ ਦੀ ਸਰਕਾਰ ਨੂੰ ਮੈਡਮ ਇਹ ਵੀ ਕਿਹਾ ਜਾ ਰਿਹਾ ਕਿ ਕਿਸਾਨਾਂ ਦੀ ਆਮਦਨ ਜਿਹੜੀ 2022 ਤੱਕ ਦੁੱਗਣੀ ਕਰ ਦਿੱਤੀ ਜਾਊਗੀ, ਕੀ ਤੁਹਾਨੂੰ ਲੱਗਦਾ ਵੀ ਇਹ ਜੋ ਸਰਕਾਰਾਂ ਨੂੰ ਚੱਲ ਰਿਹਾ ਕਿਸਾਨਾਂ ਦੀ ਆਮਦਨ ਜਿਹੜੀ ਸਰਕਾਰਾਂ ਨੇ ਕਰ ਦਿੱਤੀ ਜਾਊਗੀ, ਕਰ ਦਿੱਤਾ ਜਾਊਗਾ, ਕਰ ਦਿੱਤਾ ਤਾਂ ਦੱਸਣ ਵੀ ਆ ਕਰਤਾ, ਕਰ ਦਿੱਤਾ ਜਾਊਗਾ 2022 ਚ ਕਹਿ ਦੇਣਗੇ, ਅਗਲੇ ਵਾਰੀ ਉਹ ਦੂਸਰਾ ਹੀ ਕਹਿ ਦੇਣਗੇ। ਇਹਦਾ ਕੋਈ ਹੱਲ ਨਹੀਂ ਹੈ ਲੋਕਾਂ ਲਈ, ਹੱਲ ਤਾਂ ਕਰੇ ਤੋਂ ਹੋਣਾ, ਜਦੋਂ ਹੱਲ ਹੋ ਜਾਊਗਾ ਉਦੋਂ ਅਸੀਂ ਦੇਖਾਂਗੇ। ਪੁਨਰਹੇੜੀ ਤੋਂ ਗੁਰਜੀਤ ਸਿੰਘ ਉਲਟਪੁਰ ਦੀ ਰਿਪੋਰਟ।